ट्रेंड, ये बहुत कमाल का वर्ड है। आप कहने ना कि अजकल यार ये चीज बहुत ट्रेंडिंग है, बहुत इन है, बहुत फैशन विच है। ਇਹਦਾ ਮਤਲਬ ਕੀ ਆ? ਫੋਰ ਸਪੋਜ਼ ਮੈਂ ਟੀ ਸ਼ਰਟ ਵੇਅਰ ਕੀਤੀ ਹੋਈ ਹੈ, ਮੈਂ ਟੀ ਸ਼ਰਟ ਨੂੰ ਚੂਜ਼ ਕੀਤਾ, ਐਵੇਂ ਨਹੀਂ ਚੂਜ਼ ਕਰ ਲਈ ਸਕਿਨ ਟੋਨ ਦੇ ਅਕੋਰਡਿੰਗਲੀ, ਬੋਡੀ ਟਾਈਪ ਦੇ ਅਕੋਰਡਿੰਗਲੀ, ਸੋਚ ਸਮਝ ਕੇ ਮੈਂ ਟੀ ਸ਼ਰਟ ਨੂੰ ਚੂਜ਼ ਕੀਤਾ। ਸੋ ਮੈਂ ਕੁਝ ਪਿਕਚਰਸ ਖਿੱਚ ਕੇ ਟੀ ਸ਼ਰਟ ਦੀਆਂ ਆਪਣੀ ਇੰਸਟਾਗ੍ਰਾਮ 'ਤੇ ਪਾ ਦਿੰਦਾ, ਠੀਕ ਆ? ਤੁਸੀਂ ਕਹਿੰਦੇ ਕਿ ਭਾਜੀ ਅਸੀਂ ਸੇਮ ਚੀਜ਼ ਨੂੰ ਬਾਏ ਕਰਨਾ, ਬਟ ਇਹਦਾ ਮਤਲਬ ਇਹ ਨਹੀਂ ਕਿ ਚੀਜ਼ ਜੇ ਮੈਨੂੰ ਸੂਟ ਕਰ ਰਹੀ ਹੈ ਇਹ ਤੁਹਾਨੂੰ ਵੀ ਕਰੂਗੀ ਜਾਂ ਕਿਸੇ ਹੋਰ ਨੂੰ ਵੀ ਕਰੂਗੀ, ਰਾਈਟ? ਇਹ ਚੀਜ਼ ਡਿਪੈਂਡ ਕਰਦੀ ਹੈ। ਸੋ ਅਸੀਂ ਇੱਥੇ ਬਹੁਤ ਵੱਡੀ ਗਲਤੀ ਕਰਦੇ ਹਾਂ ਜਦੋਂ ਅਸੀਂ ਕਿਸੇ ਦੀ ਦੇਖੀ ਹੋਈ ਚੀਜ਼ ਨੂੰ ਬਿਨਾਂ ਸੋਚੇ ਸਮਝੇ ਉਹਨੂੰ ਆਪਟ ਕਰ ਲੈਂਦੇ ਹਾਂ। ਉਹ ਹੀ ਅਸੀਂ ਗਲਤੀ ਕਰ ਰਹੇ ਹਾਂ ਬੂਟ ਕੱਟ ਜੀਨਸ ਦੇ ਨਾਲ। ਬੂਟ ਕੱਟ ਜੀਨਸ ਅੱਜ ਕੱਲ੍ਹ ਬਹੁਤ ਟ੍ਰੈਂਡ ਵਿੱਚ ਨੇ, ਬਹੁਤ ਫੈਸ਼ਨ ਵਿੱਚ ਨੇ, ਅੱਜ ਕੱਲ੍ਹ ਗਾਣੇ ਵੀ ਬਣਦੇ ਪਏ ਨੇ ਬੂਟ ਕੱਟ ਜੀਨਸ ਤੇ, ਮੁੰਡੇ ਪਾਉਂਦੇ ਵੀ ਨੇ ਹੱਸ ਕੇ। ਉਹਨੇ ਪਾਈ ਹੈ ਤੇ ਮੈਂ ਵੀ ਪਾਊਂਗਾ, ਚੀਜ਼ ਨਵੀਂ ਪਾਉਣੀ ਹੈ, ਡਿਫਰੈਂਟ ਪਾਉਣੀ ਆ, ਡਿਫਰੈਂਟ ਲੱਗਾਂਗੇ। ਬਟ ਮੈਂ ਤੁਹਾਨੂੰ ਇਸ ਚੈਨਲ 'ਤੇ ਕੀ ਸਿਖਾਉਣਾ ਹੁੰਦਾ ਕਿ ਅਸੀਂ ਆਪਣੀ ਬੋਡੀ ਟਾਈਪ ਦੇ ਅਕੋਰਡਿੰਗਲੀ ਕਿਵੇਂ ਡਰੈਸਅਪ ਕਰਨਾ, ਕਿਵੇਂ ਅਸੀਂ ਆਊਟਫਿਟ ਚੂਜ਼ ਕਰਨੀ ਹੈ, ਕਿਵੇਂ ਅਸੀਂ ਸਮਾਰਟ ਐਂਡ ਸ਼ਾਰਪ ਦਿਖਣਾ। ਵੈਲਕਮ ਬੈਕ ਟੂ ਮਾਈ ਚੈਨਲ ਵੇਅਰ ਆਈ ਸ਼ੇਅਰ ਆਈਡੀਆਜ਼ ਐਂਡ ਨੌਲੇਜ ਅਬਾਊਟ ਫੈਸ਼ਨ ਗਰੂਮਿੰਗ ਫੋਰ ਮੈਨ ਐਵਰੀ ਵੀਕ। ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬੂਟ ਕੱਟ ਜੀਨਸ ਦੇ ਬਾਰੇ। ਗਾਈਜ਼, ਇਹ ਬਹੁਤ ਹੀ ਟ੍ਰੈਂਡਿੰਗ ਟੌਪਿਕ ਹੈ, ਇਹਦੇ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ। ਆਓ ਆਪਾਂ ਗੱਲ ਕਰਦੇ ਹਾਂ ਕਿ ਬੂਟ ਕੱਟ ਜੀਨਸ ਸਾਨੂੰ ਪਾਉਣੀ ਚਾਹੀਦੀ ਆ ਜਾਂ ਨਹੀਂ ਪਾਉਣੀ ਚਾਹੀਦੀ। ਗਾਈਜ਼, ਤੁਸੀਂ ਕਦੇ ਵੀ ਦੋ ਚੀਜ਼ਾਂ ਨੂੰ ਮਿਕਸ ਮੈਚ ਨਹੀਂ ਕਰੋਗੇ, ਵਨ ਟਾਈਪਸ ਆਫ ਜੀਨਸ ਐਂਡ ਅਨਦਰ ਟਾਈਪਸ ਆਫ ਬੋਡੀ, ਇਹ ਦੋ ਡਿਫਰੈਂਟ ਚੀਜ਼ਾਂ ਨੇ। ਡੋਂਟ ਮਿਕਸ ਮੈਚ ਦੈਮ, ਪਰਮਾਤਮਾ ਦੀ ਮਿਹਰ ਦੇ ਨਾਲ ਹਰ ਕਿਸੇ ਬੰਦੇ ਦਾ ਸਰੀਰ ਡਿਫਰੈਂਟ ਤਰੀਕੇ ਨਾਲ ਬਣਾਇਆ ਗਿਆ। ਅਸੀਂ ਹਿਊਮਨ ਬੀਂਗਸ ਨੇ ਕੀ ਬਣਾਇਆ? ਡਿਫਰੈਂਟ ਟਾਈਪਸ ਆਫ ਜੀਨਸ। ਸੋ ਗਾਈਜ਼, ਤੁਸੀਂ ਆਪਣੀ ਬੋਡੀ ਟਾਈਪ ਦੇ ਅਕੋਰਡਿੰਗਲੀ ਆਪਣੀ ਜੀਨਸ ਨੂੰ ਚੂਜ਼ ਕਰਿਆ ਕਰੋ। ਕਿਸੇ ਨੂੰ ਫੋਲੋ ਕਰਨਾ ਕਰੋ, ਬਟ ਉਹਨੂੰ ਜਾਣ ਪਛਾਣ ਕੇ ਉਹਦੀ ਪਰਖ ਕਰਕੇ ਫਿਰ ਉਹਨੂੰ ਆਪਟ ਕਰੋ। ਉਹਦੀ ਹਾਈਟ ਲੰਬੀ ਹੈ, ਤੁਹਾਡੀ ਹਾਈਟ ਛੋਟੀ ਹੈ, ਉਹਦੀ ਹਾਈਟ ਦੇ ਅਕੋਰਡਿੰਗਲੀ ਉਹ ਚੀਜ਼ ਸੂਟ ਕਰ ਰਹੀ, ਤੁਹਾਨੂੰ ਸੂਟ ਨਹੀਂ ਕਰੂਗੀ। ਦੇਰ ਆਰ 4 ਟਾਈਪਸ ਆਫ ਜੀਨਸ: ਸਕਿਨੀ ਜੀਨਸ, ਸਲਿਮ ਫਿਟ ਜੀਨਸ, ਸਟ੍ਰੇਟ ਫਿਟ ਜੀਨਸ ਐਂਡ ਲੂਜ ਬੈਗੀ। ਉਹਦੇ ਵਿੱਚ ਫੋਲ ਕਰਦੀ ਹੈ ਆਪਣੀ ਬੂਟ ਕੱਟ ਜੀਨਸ। ਸੋ ਗਾਈਜ਼, ਤੁਹਾਨੂੰ ਪਹਿਲਾਂ ਇਹ ਗੱਲ ਕਲੀਅਰ ਹੋਣੀ ਜ਼ਰੂਰੀ ਹੈ ਕਿ ਬੂਟ ਕੱਟ ਜੀਨਸ ਫੋਲ ਕਰਦੀ ਹੈ ਅੰਡਰ ਇਹ ਲੂਜ ਜੀਨ ਕੈਟੇਗਰੀ। ਇਹਨਾਂ 4 ਟਾਈਪਸ ਆਫ ਜੀਨ ਦੇ ਵਿੱਚੋਂ 2 ਟਾਈਪ ਇਹੋ ਜਿਹੀਆਂ ਨੇ ਜਿਹੜੀਆਂ ਹਰ ਕਿਸੇ ਬੋਡੀ ਟਾਈਪ ਦੇ ਅਕੋਰਡਿੰਗਲੀ 100% ਵਰਕ ਕਰਨਗੇ, ਚਾਹੇ ਉਹ ਬੰਦੇ ਦੀ ਹਾਈਟ ਲੰਬੀ ਹੈ, ਚਾਹੇ ਸ਼ਾਰਟ ਹੈ, ਚਾਹੇ ਉਹ ਬੰਦਾ ਹੈਵੀ ਹੈ, ਚਾਹੇ ਉਹ ਬੰਦਾ ਸਕਿਨੀ ਹੈ, 100% ਵਰਕ ਕਰਨਗੀਆਂ। ਉਹ ਕਿਹੜੀਆਂ ਨੇ? ਸਲਿਮ ਫਿਟ ਐਂਡ ਸਟ੍ਰੇਟ ਫਿਟ ਜੀਨਸ। 2 ਟਾਈਪਸ ਆਫ ਜੀਨਸ ਜਿਹੜੀਆਂ ਬੰਦੇ ਨੂੰ ਸੋਚ ਸਮਝ ਕੇ ਲੈਣੀ ਚਾਹੀਦੀਆਂ ਨੇ ਆਪਣੀ ਬੋਡੀ ਟਾਈਪ ਦੇ ਅਕੋਰਡਿੰਗਲੀ, ਬੋਡੀ ਸ਼ੇਪ ਅਕੋਰਡਿੰਗਲੀ, ਉਹ ਹੈਗੀਆਂ ਨੇ ਸਕਿਨੀ ਜੀਨਸ ਐਂਡ ਲੂਜ਼ ਜੀਨਸ, ਯਾਨੀ ਕਿ ਬੂਟ ਕੱਟ ਜੀਨਸ। ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਉਹ 2 ਟਾਈਪਸ ਅਤੇ ਆਹ 2 ਟਾਈਪਸ ਦਾ ਡਿਫਰੈਂਸ ਸਮਝਣਾ ਤੁਹਾਨੂੰ ਬਹੁਤ ਜ਼ਰੂਰੀ ਹੈ। ਜੇ ਅਸੀਂ ਗੱਲ ਕਰੀਏ ਸਕਿਨੀ ਜੀਨਸ ਦੇ ਬਾਰੇ, ਤਾਂ ਗਾਈਜ਼, ਤੁਸੀਂ ਕਦੇ ਵੀ 2 ਵਰਡਸ ਨੂੰ ਨਾ ਕਨਫਿਊਜ਼ ਨਹੀਂ ਕਰਨਾ ਆਪਸ ਵਿੱਚ। ਕਿਹੜੇ ਕਿਹੜੇ? ਸਕਿਨੀ ਜੀਨਸ ਐਂਡ ਸਕਿਨੀ ਲੈਗਸ। ਜਿਹਦੀਆਂ ਲੈਗਸ ਪਤਲੀਆਂ ਨੇ, ਇਹਦਾ ਮਤਲਬ ਇਹ ਨਹੀਂ ਕਿ ਸਕਿਨੀ ਜੀਨ ਉਹਦੇ ਵਾਸਤੇ ਬਣੀ ਹੋਈ ਹੈ। ਜਿਹਦੀਆਂ ਲੈਗ ਸਕਿਨੀ ਨੇ ਉਹ ਕਦੇ ਵੀ ਸਕਿਨੀ ਜੀਨਸ ਨਹੀਂ ਪਾਊਗਾ, ਰਾਦਰ ਪਾਊਗਾ ਕਿ ਉਹ ਸਲਿਮ ਫਿਟ ਜਾਂ ਸਟ੍ਰੇਟ ਫਿਟ ਪਾਊਗਾ, ਠੀਕ ਹੈ? ਹਾਂ, ਜਿਹਦੀ ਬੋਡੀ ਥੋੜ੍ਹੀ ਜਿਹੀ ਮਸਕੂਲਰ ਬਣੀ ਹੋਈ, ਜਿਹੜਾ ਬੰਦਾ ਜਿਮ ਜਾਂਦਾ, ਪ੍ਰੋਪਰ ਜਿਮ ਲਾਉਂਦਾ, ਜਿਹਦੇ ਕਾਫਸ, ਥਾਈਜ਼, ਹੈਮਸਟ੍ਰਿੰਗ ਬਹੁਤ ਸੋਹਣੀ ਬਿਲਟ ਹੋਈ ਹੋਈ ਆ, ਉਹ ਬੰਦਾ ਟਰਾਈ ਕਰ ਸਕਦਾ ਹੈ ਸਕਿਨੀ ਜੀਨਸ। ਹੁਣ ਅਸੀਂ ਗੱਲ ਕਰਦੇ ਹਾਂ ਬੂਟ ਕੱਟ ਜੀਨਸ ਬਾਰੇ। ਗਾਈਸ, ਅਸੀਂ ਕਿੰਨੀ ਵਾਰੀ ਗੱਲ ਕੀਤੀ ਆ ਆਪਣੇ ਯੂਟਿਊਬ ਚੈਨਲ ਉੱਤੇ ਕਿ ਗਾਈਸ, ਹਮੇਸ਼ਾ ਅਸੀਂ ਜੀਨਸ ਚੂਜ਼ ਕਰਨੀ ਆਪਣੀ ਬੋਡੀ ਟਾਈਪ ਦੇ ਅਕੋਰਡਿੰਗਲੀ। ਹੁਣ ਇਹ ਜੀਨਸ ਪਾਉਣਗੇ ਕੌਣ? ਇਹ ਜੀਨਸ ਪਾਉਣਗੇ ਉਹ ਜਿਹਨਾਂ ਦੀ ਹਾਈਟ 5'9" ਤੋਂ ਉੱਪਰ ਆ, ਰਾਈਟ? 5'9", 6'6", 1'6", 2". ਉਹਨਾਂ ਬੰਦਿਆਂ ਉੱਤੇ ਜੀਨਸ ਬਹੁਤ ਸੋਹਣੀ ਲੱਗਦੀਆਂ ਨੇ, ਬਹੁਤ ਘੈਂਟ ਲੱਗਦੀਆਂ ਨੇ। ਈਵਨ ਆਈ ਹੈਵ ਬੂਟ ਕੱਟ ਜੀਨਸ ਇਨ ਮਾਈ ਵਾਰਡਰੋਬ, ਮੈਂ ਵੀ ਪ੍ਰੈਫਰ ਕਰਦਾ ਬੂਟ ਕੱਟ ਜੀਨਸ। ਬਟ ਗਾਈਜ਼, ਟਰਸਟ ਮੀ, ਜਿਹਨਾਂ ਦੀ ਹਾਈਟ ਛੋਟੀ ਆ ਉਹ ਕਦੇ ਵੀ ਨਹੀਂ ਪਾਉਣਗੇ ਬੂਟ ਕੱਟ ਜੀਨਸ। ਇੱਕ ਗੱਲ ਧਿਆਨ ਰੱਖਿਓ, ਹਾਈਟ ਲੰਬੀ ਤਾਂ ਠੀਕ ਹੈ, ਬਟ ਜੇ ਤੁਸੀਂ ਬਹੁਤ ਹੀ ਪਤਲੇ ਹੋ, ਬਹੁਤ ਸਕਿਨੀ ਹੋ, ਉੱਪਰੋਂ ਤੁਸੀਂ ਥੱਲੋਂ ਪੈਂਟ ਪਾਈ ਹੋਈ ਬਹੁਤ ਲੂਜ਼, ਤੇ ਉਹ ਬਹੁਤ ਔਕੜ ਲੱਗੂਗੀ। ਐਨ ਕੁਝ ਵੀ ਪੈਂਟ ਟੰਗੀ ਹੁੰਦੀ ਹੈ ਹੈਂਗਰ 'ਤੇ ਆਪਾਂ। ਸੋ ਮੇਕ ਸ਼ੋਰ ਆਪਣੀ ਬੋਡੀ ਦੇ ਸ਼ੋਲਡਰਸ ਬਰੋਡ ਹੋਣ, ਆਪਣੀਆਂ ਆਰਮਸ, ਆਪਣੀ ਬਾਈਸੈਪਸ, ਆਪਣੀ ਵੇਸਟ ਪਤਲੀ ਹੋਵੇ, ਰਾਈਟ? ਐਂਡ ਆਪਣੀ ਲੈਗਸ ਦਾ ਪ੍ਰੋਪੋਰਸ਼ਨ ਬਿਲਕੁਲ ਉਹਦਾ ਸਾਈਜ਼ ਪਰਫੈਕਟ ਹੋਵੇ, ਤਾਂ ਜਾ ਕੇ ਆਪਾਂ ਨੂੰ ਬੂਟ ਕੱਟ ਜੀਨਸ ਸੋਹਣੀਆਂ ਲੱਗਣੀਆਂ ਪਾਈਆਂ ਹੋਈਆਂ। ਸੋ ਗਾਈਜ਼, ਵੀਡੀਓ ਖਤਮ ਕਰਨ ਤੋਂ ਪਹਿਲਾਂ ਆਈ ਵਾਂਟ ਆਪਾਂ ਥੋੜ੍ਹੀ ਜਿਹੀ ਰਿਵੀਜ਼ਨ ਕਰ ਲਈ ਕਿ ਅੱਜ ਆਪਾਂ ਕੀ ਕੁਝ ਸਿੱਖਿਆ, ਤਾਂ ਕਿ ਤੁਹਾਨੂੰ ਦੁਬਾਰਾ ਕਨਫਿਊਜ਼ਨ ਨਾ ਹੋਵੇ। ਆਈ ਵਾਂਟ ਤੁਸੀਂ ਇੱਕ ਸਕਰੀਨਸ਼ਾਟ ਲਓ ਆਪਣੇ ਮੋਬਾਈਲ ਫੋਨਸ ਦੇ ਵਿੱਚ ਐਂਡ ਉਹਨੂੰ ਕੈਪਚਰ ਕਰ ਲਓ ਇਸ ਚਾਰਟ ਨੂੰ। ਸੋ ਗਾਈਜ਼, ਦੇਰ ਆਰ 4 ਟਾਈਪਸ ਆਫ ਜੀਨਸ: ਸਕਿਨੀ ਜੀਨਸ, ਸਲਿਮ ਫਿਟ ਜੀਨਸ, ਸਟ੍ਰੇਟ ਫਿਟ ਜੀਨਸ ਐਂਡ ਬੂਟ ਕੱਟ ਜੀਨਸ। ਰਿਮੈਂਬਰ, ਤੁਸੀਂ ਸਕਿਨੀ ਜੀਨਸ ਨੂੰ ਅਵੋਇਡ ਕਰਨਾ ਅੰਟ ਅਨਲੈਸ ਤੁਹਾਡੀ ਬੋਡੀ ਬਹੁਤ ਮਸਕੂਲਰ ਹੈ, ਤੁਹਾਡੇ ਲੈਗਸ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ, ਸਿਰਫ ਉਦੋਂ। ਜੇ ਅਸੀਂ ਗੱਲ ਕਰੀਏ ਸਲਿਮ ਫਿਟ ਜੀਨਸ ਦੇ ਬਾਰੇ, ਤਾਂ ਜਿਹਦੀ ਹਾਈਟ ਸ਼ੋਰਟ ਹੈ ਜਾਂ ਟੌਲ ਹੈ ਜਾਂ ਬੰਦਾ ਸਲਿਮ ਹੈ, ਸਿਰਫ ਉਹੀ ਇਹ ਜੀਨ ਨੂੰ ਟਰਾਈ ਕਰਨਗੇ। ਜੇ ਅਸੀਂ ਗੱਲ ਕਰੀਏ ਸਟ੍ਰੇਟ ਫਿਟ ਜੀਨਸ ਦੀ, ਤਾਂ ਸਿਰਫ ਟੌਲ ਬੰਦੇ ਹੀ ਇਹਨੂੰ ਟਰਾਈ ਕਰਨਗੇ ਜਾਂ ਜਿਹਨਾਂ ਦੀ ਲੈਗਸ ਬਹੁਤ ਹੈਵੀ ਨੇ।
ਉਹ ਟਰਾਈ ਕਰਨਗੇ ਸਟ੍ਰੇਟ ਫਿਟ ਜੀਨਸ, ਸ਼ਾਰਟ ਬੰਦਾ ਨਹੀਂ ਪਾਊਗਾ ਇਹਨੂੰ ਬਿਲਕੁਲ ਵੀ, ਠੀਕ ਹੈ? ਜਸਟ ਰਿਮੈਂਬਰ ਦਿਸ। ਗੱਲ ਕਰੀਏ ਬੂਟ ਕੱਟ ਜੀਨਸ ਦੇ ਬਾਰੇ ਤਾਂ ਰਿਮੈਂਬਰ ਇਹਨੂੰ ਟਿਕਮਾ ਕਰ ਲਓ, ਕਦੇ ਵੀ ਸ਼ਾਰਟ ਹਾਈਟ ਐਂਡ ਹੈਵੀ ਬਾਡੀ ਵਾਲੇ ਬੂਟ ਕੱਟ ਜੀਨਸ ਨੂੰ ਨਹੀਂ ਪਾਉਣਗੇ। ਐਂਡ ਇਹ ਪਾਉਣਗੇ ਕੌਣ? ਜਿਹਨਾਂ ਦੀ ਹਾਈਟ 5'9" ਤੋਂ ਉੱਪਰ ਹੈ ਐਂਡ ਉਹਨਾਂ ਦੀ ਬਾਡੀ ਬਿਲਕੁਲ ਫਿੱਟ ਆ। ਸੋ ਗਾਈਸ, ਇਸ ਮੇਰੀ ਫੁੱਲ ਵੀਡੀਓ ਔਨ ਬੂਟ ਕੱਟ ਜੀਨਸ, ਅਸੀਂ ਪਾਵਾਂਗੇ ਜਾਂ ਨਹੀਂ ਪਾਵਾਂਗੇ, ਹੁਣ ਇਹ ਚੀਜ਼ ਤੁਸੀਂ ਡਿਸਾਈਡ ਕਰਨੀ ਆ। ਬਿਕੋਜ਼ ਮੈਂ ਆਪਣਾ ਫਰਜ਼ ਪੂਰਾ ਕਰ ਚੁੱਕਿਆ, ਤੁਹਾਨੂੰ ਦੱਸ ਚੁੱਕਿਆ, ਆਈ ਗਿਵਨ ਯੂ ਟਿਪਸ ਐਂਡ ਐਡਵਾਈਸਿਸ, ਨਾਓ ਇਟਸ ਯੂਅਰ ਟਰਨ ਟੂ ਚੂਜ਼ ਵਟ ਇਜ਼ ਰਾਈਟ ਐਂਡ ਵਟ ਇਜ਼ ਰੋਂਗ। ਟਿਲ ਦੈਨ ਸਟੇ ਸ਼ਾਰਪ, ਸਟੇ ਫਿਟ ਐਂਡ ਸਟੇ ਟਿਊਨ, ਸਬਸਕ੍ਰਾਈਬ ਟੂ ਦਿਸ ਚੈਨਲ।